ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਚਾਇਤੀ ਚੋਣਾਂ ਜਿਹੜੀਆਂ ਆ ਉਹ ਆ ਰਹੀਆਂ ਨੇ, ਔਰ ਪੰਚਾਇਤੀ ਜਿਹੜੀਆਂ ਇਹ ਚੋਣਾਂ ਆ, ਵੋਟਾਂ ਆ ਰਹੀਆਂ ਨੇ, ਇਹ ਪਿੰਡ ਵਾਸੀਆਂ ਨੂੰ ਜਿਹੜਾ ਆ ਉਹ ਖਾਸ ਧਿਆਨ ਰੱਖਣਾ ਚਾਹੀਦਾ ਹੈਗਾ, ਤਾਂ ਜੋ ਜਿਹੜਾ ਕਿ ਆਪਣਾ ਜਿਹੜਾ ਪਿੰਡ ਹੈਗਾ ਉਹ 5 ਸਾਲ ਲਈ ਜਿਹੜਾ ਕਿ ਸਹੀ ਹੱਥਾਂ ਦੇ ਵਿੱਚ ਜਾ ਸਕੇ ਅਤੇ ਪਿੰਡ ਦੀ ਤਰੱਕੀ ਹੋ ਸਕੇ। ਔਰ ਮੈਂ ਕਿਸੇ ਦੇ ਉੱਪਰ ਕੋਈ ਨਿੱਜੀ ਤੌਰ 'ਤੇ ਟਿੱਪਣੀ ਨਹੀਂ ਕਰ ਰਿਹਾ ਹੈਗਾ, ਮੈਂ ਖੁਦ ਵੀ ਪੰਚਾਇਤਾਂ ਦੇ ਵਿੱਚ ਰਿਹਾ ਹੈਗਾ। ਹੁੰਦਾ ਕੀ ਹੈਗਾ ਆ ਕਿ ਵੱਖੋ ਵੱਖ ਜਿਹੜੀਆਂ ਕਾਂਗਰਸ ਹੋਏ, ਅਕਾਲੀ ਹੋਏ, ਆਮ ਪਾਰਟੀ ਹੋਏ ਜਾਂ BSP ਹੋਈ ਜਾਂ ਹੋਰ ਪਾਰਟੀਆਂ ਹੋਈਆਂ, ਇਹਨਾਂ ਦੇ ਜਿਹੜੇ ਮੁਖੀ ਹੁੰਦੇ ਹੈਗੇ ਆ ਉਹ ਕੀ ਕਰਦੇ ਨੇ ਕਿ ਜਿਹੜੇ ਤੁਹਾਡੇ ਵਾਰਡ ਹੁੰਦੇ ਆ ਉਹਨਾਂ ਦੇ ਵਿੱਚ 1-2-5-7 ਆਪਣੀ ਪਾਰਟੀ ਦੇ ਅਜਿਹੇ ਬੰਦੇ ਛੱਡ ਦਿੰਦੇ ਆ ਕਿ ਤੁਸੀਂ ਆਪਣੇ ਮੁਹੱਲੇ ਦੇ ਵਿੱਚ ਮੀਟਿੰਗ ਕਰੋ ਕਿ ਤੁਸੀਂ ਮੈਂਬਰ ਪੰਚਾਇਤ ਚੁਣਨਾ ਹੈਗਾ। ਹੁੰਦਾ ਕੀ ਹੈਗਾ ਕਿ ਮੁਹੱਲੇ ਦੇ ਉੱਪਰ, ਕਿਉਂਕਿ ਮੁਹੱਲਾ ਵਾਸੀ ਹੁੰਦੇ ਆ, ਇੱਕ ਦੂਜੇ ਨਾਲ ਪਰਿਵਾਰਕ ਸਾਂਝਾਂ ਹੁੰਦੀਆਂ ਨੇ, ਅਤੇ ਉਸ ਦੇ ਵਿੱਚ ਹੁੰਦਾ ਕੀ ਆ ਕਿ ਆਰਡਰ ਦੇ ਪਿੱਛੋਂ ਉਹਨਾਂ ਨੂੰ ਪਾਰਟੀ ਦਾ ਹੁੰਦਾ ਹੈਗਾ ਅਤੇ ਕਿਸ ਨੂੰ ਪੰਚ ਚੁਣਨਾ ਹੈਗਾ ਵਾਰਡ ਦੇ ਵਿੱਚ, ਉਹ ਵੀ ਪਿੱਛੋਂ ਪਹਿਲਾਂ ਤੈਅ ਕੀਤਾ ਹੋਇਆ ਹੁੰਦਾ ਹੀ ਹੈ। ਫਿਰ ਕੀ ਕਰਦੇ ਆ, ਤੁਹਾਡੇ ਮੁਹੱਲੇ ਵਾਸੀ ਇੱਕ ਮੀਟਿੰਗ ਕਰਦੇ ਹੈਗੇ ਆ, ਮੀਟਿੰਗ ਕਰਨ ਤੋਂ ਬਾਅਦ ਦੇ ਵਿੱਚ 1-2 ਅਜਿਹੇ ਨਾਮ ਲੈਂਦੇ ਹੈਗੇ ਆ ਕਿ ਜੀ ਅਸੀਂ ਤੈਨੂੰ ਮੈਂਬਰ ਪੰਚਾਇਤ ਬਣਾਉਂਦੇ ਹਾਂ, ਜੀ ਤੈਨੂੰ ਬਣਾਉਂਦੇ ਹਾਂ। ਪਤਾ ਹੁੰਦਾ ਆ ਕਿ ਇਹਨਾਂ ਨੇ ਪਹਿਲੀ ਵਾਰ ਵਿੱਚ ਹਾਂ ਨਾ ਕਰਨੀ ਆ, ਉਹਨਾਂ ਨੂੰ 1-2 ਵਾਰ ਹੀ ਪੁੱਛਿਆ ਜਾਏਗਾ ਅਤੇ ਬਾਅਦ ਦੇ ਵਿੱਚ ਜਿਹੜਾ ਆ ਕਿ ਆਪਣੇ ਬੰਦੇ ਵਿੱਚ ਰੱਖੇ ਹੁੰਦੇ ਆ ਉਹਨਾਂ ਦੁਆਰਾ ਕਹਾ ਦਿੱਤਾ ਜਾਂਦਾ ਕਿ ਆਹ ਸਾਡਾ ਇਹਨੂੰ ਪੰਚ ਚੁਣ ਲਓ, ਉਹਦੇ ਉੱਪਰ ਫਿਰ ਪ੍ਰੈਸ਼ਰ ਪਾ ਦਿੱਤਾ ਜਾਂਦਾ ਹੈ ਅਤੇ ਉਸਨੂੰ ਮੈਂਬਰ ਪੰਚਾਇਤ ਚੁਣ ਲਿਆ ਜਾਂਦਾ ਹੈ। ਕਹਿਣ ਦਾ ਮਤਲਬ ਹੈ ਸੋਚੀ ਸਮਝੀ ਇਹ ਰਣਨੀਤੀ ਰਾਹੀਂ ਇਹ ਜਿਹੜਾ ਇਹ ਕੰਮ ਹੁੰਦਾ ਹੈਗਾ ਆ। ਮੇਰਾ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਹੈਗਾ ਆ ਕਿ ਤੁਸੀਂ ਆਪਣੇ ਵਾਰਡ ਦਾ ਜਿਹੜਾ ਵੀ ਪੰਚ ਚੁਣਨਾ ਹੈਗਾ ਆ ਉਸ ਦੇ ਵਿੱਚ ਕੋਈ ਜਾਤੀ ਨਾ ਦੇਖੋ, ਉਸ ਦੇ ਵਿੱਚ ਉਹਦੀ ਕੋਈ ਪਾਰਟੀ ਨਾ ਦੇਖੋ। ਤੁਸੀਂ ਮੁਹੱਲੇ ਦੇ ਵਿੱਚ ਰਹਿੰਦੇ ਆ, ਤੁਸੀਂ ਤੁਹਾਨੂੰ ਪਤਾ ਆ ਕਿ ਕਿਹੜਾ ਬੰਦਾ ਤੁਹਾਡੇ ਮੁਹੱਲੇ ਦੇ ਕੰਮ ਕਰ ਸਕਦਾ ਆ, ਕਿਹੜਾ ਬੰਦਾ ਤੁਹਾਡੇ ਕੰਮ ਆ ਸਕਦਾ ਆ, ਹਰ ਵਕਤ ਤੁਹਾਡੇ ਨਾਲ ਤੁਰ ਸਕਦਾ ਆ, ਦਿਨ ਰਾਤ ਜਿਹੜਾ ਕਿ ਉਹ ਤੁਹਾਡੇ ਕਾਰੋਬਾਰ ਕਰ ਸਕਦਾ ਹੈਗਾ, ਔਰ ਹਰ ਵਕਤ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਉਹ ਖੜ੍ਹਾ ਹੋ ਸਕਦਾ ਆ। ਸੋ ਅਜਿਹਾ ਪੰਚਾਇਤ ਮੈਂਬਰ ਚੁਣੋ, ਇੱਕ ਸ਼ਰਤ ਜ਼ਰੂਰ ਉੱਥੇ ਤੈਅ ਕੀਤੀ ਜਾਵੇ ਕਿ ਜਿਹੜਾ ਅਸੀਂ ਪੰਚ ਚੁਣ ਰਹੇ ਹਾਂ ਅਸੀਂ ਸਰਪੰਚ ਦੇ ਕੋਲ ਨਹੀਂ ਜਾਣਾ ਕਹਿਣ ਜੇ ਮੁਹੱਲੇ ਦਾ ਕੋਈ ਕੰਮ ਹੈਗਾ ਜਾਂ ਕੋਈ ਐਸਾ ਕੰਮ ਹੈ ਜਿਸ ਵਿੱਚ ਪੂਰੇ ਮੁਹੱਲੇ ਨੂੰ ਸਮੱਸਿਆ ਆਉਂਦੀ ਆ, ਅਤੇ ਅਸੀਂ ਸਰਪੰਚ ਕੋਲ ਕਹਿਣ ਨਹੀਂ ਜਾਣਾ ਅਤੇ ਨਾ ਅਸੀਂ ਤੁਹਾਡੇ ਨਾਲ ਸੰਬੰਧਿਤ ਮਹਿਕਮੇ ਦੇ ਕੋਲ 5-7 ਬੰਦਿਆਂ ਨੇ ਇਕੱਠੇ ਹੋ ਕੇ ਜਾਣਾ ਹੈ। ਕਿਉਂਕਿ ਪਾਵਰ ਜਦੋਂ ਅਸੀਂ ਤੁਹਾਨੂੰ ਦੇ ਦਿੰਦੇ ਹਾਂ, ਕਿਉਂਕਿ ਮੁਹੱਲੇ ਵਿੱਚ ਤੁਸੀਂ ਖੁਦ ਵੀ ਰਹਿੰਦੇ, ਤੁਹਾਨੂੰ ਵੀ ਪਤਾ ਹੈ ਕਿ ਮੁਹੱਲੇ ਵਿੱਚ ਕਿਹੜੀ ਸਮੱਸਿਆ ਆਉਂਦੀ ਹੈਗੀ ਆ, ਇਸ ਕਰਕੇ ਤੁਸੀਂ ਆਪਣੇ ਆਪ ਦੂਰ ਕਰਨੀ ਹੈਗੀ ਆ, ਕਿਉਂਕਿ 5 ਸਾਲ ਲਈ ਚੌਧਰ ਵੀ ਤਾਂ ਦੇਣੀ ਆ ਨਾ, ਇਸ ਕਰਕੇ ਉਹਦੀ ਜ਼ਿੰਮੇਵਾਰੀ ਬਣਦੀ ਹੈਗੀ ਆ। ਅਤੇ ਜਿੱਥੋਂ ਤੱਕ ਸਰਪੰਚੀ ਦਾ ਆ ਜਾਂਦਾ ਹੈਗਾ ਆ, ਸੋ ਸਰਪੰਚੀ ਦੀ ਚੋਣ ਮੇਰੇ ਮੁਤਾਬਕ ਤਾਂ ਸਿੱਧੀ ਹੋਣੀ ਚਾਹੀਦੀ ਆ, ਉਹਦੇ ਵਿੱਚ ਕੋਈ ਵੀ ਬਹੁਮਤ ਦਾ ਅੰਕੜਾ ਨਹੀਂ ਹੋਣਾ ਚਾਹੀਦਾ। ਜੇ ਕੱਲ੍ਹ ਨੂੰ ਬਹੁਮਤ ਨਹੀਂ ਵੀ ਹੁੰਦਾ ਤਾਂ ਉਹ ਬਲੋਕ ਦੇ ਨਾਲ ਮਿਲ ਕੇ ਕੰਮ ਕਰ ਸਕੇ, ਇਹ ਇੱਕ ਅੰਗਰੇਜ਼ਾਂ ਦੀ ਨੀਤੀ ਹੈਗੀ ਆ। ਔਰ ਕਿਉਂਕਿ ਉੱਪਰ ਤੱਕ ਇਹ ਚੱਲਦੀ ਆ, ਲੋਕ ਪ੍ਰਧਾਨ ਮੰਤਰੀ ਕਿਸੇ ਹੋਰ ਨੂੰ ਚਾਹੁੰਦੇ ਹੁੰਦੇ ਆ, ਮੁੱਖ ਮੰਤਰੀ ਹੋਰ ਨੂੰ ਕਿਸੇ ਨੂੰ ਚਾਹੁੰਦੇ ਹੁੰਦੇ ਆ, ਪਰ ਬਹੁਮਤ ਦਾ ਜੋੜ ਤੋੜ ਕਰਕੇ ਕੋਈ ਹੋਰੇ ਗੱਦੀਆਂ 'ਤੇ ਬਹਿ ਜਾਂਦਾ। ਇਸੇ ਤਰ੍ਹਾਂ ਪੰਚਾਇਤੀ ਦੇ ਵਿੱਚ ਹੁੰਦਾ ਆ। ਪੰਚਾਇਤ ਦੇ ਵਿੱਚ ਕੀ ਹੁੰਦਾ ਹੈਗਾ, ਜਦੋਂ ਕਿਸੇ ਸਰਪੰਚ ਦਾ ਕੋਈ ਬਹੁਮਤ ਨਹੀਂ ਹੁੰਦਾ ਤਾਂ ਦੂਜੀ ਪਾਰਟੀਆਂ ਦੇ ਵਿੱਚੋਂ ਜਿਹੜੇ ਆ ਉਹ ਲੱਖਾਂ ਰੁਪਏ ਅੰਦਰੋਂ ਗਤੀ ਦੇ ਕੇ ਉਹਨਾਂ ਨੂੰ ਆਪਣੇ ਵੱਲ ਕੀਤਾ ਜਾਂਦਾ ਆ, ਅਤੇ ਜਿਸ ਦੇ ਨਾਲ ਜਿਹੜੀ ਲੋਕਾਂ ਦੀ ਮਨਚਾਹੀ ਪੰਚਾਇਤ ਆ ਉਹ ਨਹੀਂ ਬਣਦੀ ਹੈਗੀ। ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੀ ਹੈਗੀ ਆ ਕਿ ਇਹ ਸਰਪੰਚ ਦੀ ਚੋਣ ਸਿੱਧੀ ਹੋਣੀ ਚਾਹੀਦੀ ਹੈ। ਬਹੁਮਤ ਦਾ ਜਿਹੜਾ ਇੱਕ ਅੰਗਰੇਜ਼ੀ ਗੇਮ ਚੱਲੀ ਹੋਈ ਆ ਇਹਨੂੰ ਖਤਮ ਕਰ ਦੇਣਾ ਚਾਹੀਦਾ ਹੈਗਾ।
ਬਾਕੀ ਮੈਂ ਤੁਹਾਨੂੰ ਇਹ ਵੀ ਕਹਾਂਗਾ ਕਿ ਤੁਸੀਂ ਦੇਖੋ, ਸਾਰਿਆਂ ਨੇ ਦੇਖਿਆ ਹੈਗਾ, ਪਿਛਲੇ 5 ਸਾਲ ਦੇ ਵਿੱਚ ਦੇਖਿਆ, ਉਸ ਤੋਂ ਪਹਿਲੇ 5 ਸਾਲ 'ਚ ਦੇਖਿਆ, ਉਸ ਤੋਂ ਵੀ ਪਹਿਲੇ 5 ਸਾਲ ਦੇ ਵਿੱਚ ਦੇਖਿਆ, ਔਰ ਤੁਸੀਂ ਮੁਹੱਲੇ ਵਿੱਚ ਰਹਿੰਦੇ ਹੈਗੇ ਆ, ਤੁਹਾਨੂੰ ਪਤਾ ਆ ਕਿ ਕਿਹੜਾ ਤੁਹਾਡੇ ਦੁੱਖ ਸੁੱਖ ਦੇ ਵਿੱਚ ਖੜਦਾ ਆ, ਕਿਹੜਾ ਤੁਹਾਡੇ ਹਰ ਵੇਲੇ ਕੰਮ ਆਉਂਦਾ ਆ, ਜੇ ਕਿਸੇ ਨੂੰ ਮਾੜੀ ਜਿਹੀ ਕੋਈ ਤਕਲੀਫ ਵੀ ਹੁੰਦੀ ਆ, ਕਿਹੜਾ ਤੁਹਾਡੇ ਦਰ ਦੇ ਉੱਪਰ ਆ ਕੇ ਖੜ ਜਾਂਦਾ ਹੈਗਾ ਆ। ਅਜਿਹੇ ਬੰਦੇ ਨੂੰ ਤੁਹਾਨੂੰ ਵੋਟ ਪਾਉਣੀ ਚਾਹੀਦੀ ਆ ਕਿ ਜਿਹੜਾ ਤੁਹਾਡੇ ਹਰ ਵੇਲੇ ਆ ਕੇ ਖੜਾ ਹੋ। ਔਰ ਇਹ ਅਗਲਾ ਜਿਹੜਾ ਮੈਂ ਗੱਲ ਕਹਿ ਰਿਹਾ ਹਾਂ ਕਿ ਜਿਹੜਾ ਪਿੰਡ ਦਾ ਸਰਪੰਚ ਹੋਵੇ ਉਹ ਅਜਿਹਾ ਸਰਪੰਚ ਹੋਣਾ ਚਾਹੀਦਾ ਆ, ਇੱਦਾਂ ਨਾ ਹੋਵੇ ਕਿ ਉੱਥੋਂ ਆਏ ਦਿਨ ਵਿਦੇਸ਼ਾਂ ਦੇ ਦੌਰੇ ਕਰਦਾ ਰਹੇ, ਪਿੰਡ ਵਿੱਚ ਉਹ ਰਹਿੰਦਾ ਹੀ ਨਾ ਹੋਵੇ, ਤਾਂ ਉਹ ਸਰਪੰਚ ਚੁਣਨ ਦਾ ਕੋਈ ਫਾਇਦਾ ਨਹੀਂ ਹੈਗਾ। ਕਿਉਂਕਿ ਜਦੋਂ ਜੇ ਸਰਪੰਚ ਵਿਦੇਸ਼ ਦੇ ਵਿੱਚ ਚਲੇ ਜਾਏਗਾ, ਪਿੱਛੋਂ ਉਹ ਕਿਸੇ ਹੋਰ ਨੂੰ ਆਪਣੇ ਅਧਿਕਾਰ ਦੇ ਜਾਏਗਾ, ਆਪਣੀ ਮਰਜ਼ੀ ਨਾਲ ਅਧਿਕਾਰ ਦੇ ਦਿੰਦੇ ਹੈਗੇ ਆ, ਅਤੇ ਉਹ ਵੀ ਇੱਕ ਗੱਲ ਨਹੀਂ ਬਣਦੀ ਹੈਗੀ। ਹਾਂ, ਜੇ ਕਿਤੇ ਮਹੀਨਾ ਖੰਡ ਜਾਂ ਕਿਤੇ ਐਮਰਜੈਂਸੀ ਵਿੱਚ ਵਿਦੇਸ਼ ਆਪਣੇ ਰਿਸ਼ਤੇਦਾਰ ਦੇ ਵਿੱਚ ਕੋਈ ਜਾਂਦਾ, ਕਿਸੇ ਦੇ ਵਿਆਹ ਸ਼ਾਦੀ ਆ ਜਾਂ ਕੋਈ ਗੱਲਬਾਤ ਹੋ ਜਾਂਦੀ ਆ, ਤਾਂ ਉਹ ਮਹੀਨਾ ਖੰਡ ਲਈ ਕਿਤੇ ਵਿਦੇਸ਼ ਚਲੇ ਜਾਂਦਾ, ਉੱਥੇ ਕੋਈ ਗੱਲ ਨਹੀਂ ਹੈਗੀ। ਉਹ ਤਾਂ ਸਾਨੂੰ ਤੁਹਾਨੂੰ ਜਿਹੜੇ ਇੰਡੀਆ ਵਿੱਚ ਇੱਥੇ ਵੀ ਰਹਿੰਦੇ ਆ, ਪੰਜਾਬ ਵਿੱਚ ਵੀ ਰਹਿੰਦੇ, ਉਹਨਾਂ ਨੂੰ ਵੀ ਜਾਣਾ ਪੈਂਦਾ ਹੈਗਾ ਕਈ ਵਾਰ 20-20 ਦਿਨ, ਮਹੀਨਾ ਮਹੀਨਾ ਕਿਤੇ ਰਿਸ਼ਤੇਦਾਰ ਦੇ, ਉੱਥੇ ਕੋਈ ਗੱਲ ਨਹੀਂ ਆ। ਜਿਸ ਦਾ ਤੁਹਾਨੂੰ ਪਤਾ ਹੈ ਕਿ ਇਹ ਸਰਪੰਚ ਜਿਹੜਾ ਇਹ ਬਣ ਕੇ ਵਿਦੇਸ਼ੀ ਦੌਰੇ ਕਰਦਾ ਰਹੇਗਾ, ਉਹਨੂੰ ਵੋਟ ਪਾਉਣ ਦਾ ਕੋਈ ਵੀ ਤੁਹਾਨੂੰ ਫਾਇਦਾ ਹੀ ਨਹੀਂ ਹੈਗਾ, ਕਿਉਂਕਿ ਪਿੱਛੋਂ ਜਿਹੜੇ ਆ ਉਹ ਕੰਮ ਰੁਕ ਜਾਂਦੇ ਹੈਗੇ ਆ। ਬਾਕੀ ਪਾਰਟੀਬਾਜ਼ੀ ਨੂੰ ਬਿਲਕੁਲ ਨਾ ਦੇਖੋ ਕਿ ਇਹ ਅਕਾਲੀਆਂ ਦਾ ਬੰਦਾ, ਇਹ ਕਾਂਗਰਸ ਦਾ ਬੰਦਾ, ਇਹ ਆਮ ਪਾਰਟੀ ਦਾ ਬੰਦਾ, ਇਹ BSP ਦਾ ਬੰਦਾ ਆ। ਜਦੋਂ ਤੱਕ ਅਸੀਂ ਇਹ ਚੀਜ਼ਾਂ ਦੇਖਦੇ ਰਹੋਗੇ, ਤਦ ਤੱਕ ਤੁਸੀਂ 5 ਸਾਲ ਆਪਣੇ ਪਿੰਡ ਨੂੰ ਗਲਤ ਹੱਥਾਂ ਦੇ ਵਿੱਚ ਦੇ ਰਹੇ ਹੋ। ਇਸ ਕਰਕੇ ਵੋਟ ਪਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਰਿਹਾ, ਵੋਟ ਪਾਉਣ ਤੋਂ ਪਹਿਲਾਂ ਇਹ ਜ਼ਰੂਰ ਸੋਚੋ ਕਿ ਜਿਸ ਨੂੰ ਤੁਸੀਂ ਵੋਟ ਪਾ ਰਹੇ ਹੋ ਉਸਦਾ ਮੁਹੱਲੇ ਦੇ ਵਿੱਚ ਚਾਲ ਚੱਲਣ ਕਿਹੋ ਜਿਹਾ ਆ। ਹਾਂ, ਮੈਂ ਚਾਲ ਚੱਲਣ ਤੋਂ ਗੱਲ ਕਰਦਾ ਹਾਂ, ਵੈਸੇ ਸਾਰਿਆਂ ਦਾ ਸਹੀ ਹੁੰਦਾ ਆ। ਕਈ ਵਾਰ ਕੀ ਹੁੰਦਾ ਆ ਕਿ ਇੱਕ ਬੰਦਾ ਨਿਹਾਤ ਹੀ ਸ਼ਰੀਫ ਹੁੰਦਾ ਆ, ਉਹ ਆਪਣੇ ਆਪ ਨਾਲੇ ਮਤਲਬ ਰੱਖਦਾ ਆ ਜਾਂ ਆਪਣੇ ਘਰ ਪਰਿਵਾਰ ਤੱਕ ਮਤਲਬ ਰੱਖਦਾ ਆ, ਉਹ ਕਿਸੇ ਨੂੰ ਵੀ ਕੋਈ ਗਲਤ ਸ਼ਬਦ ਕਦੀ ਬੋਲਦਾ ਨਹੀਂ, ਕਿਸੇ ਦੀ ਗੱਲਬਾਤ ਦੇ ਵਿੱਚ ਨਹੀਂ ਆਉਂਦਾ, ਕਿਸੇ ਦੀ ਊਚ ਨੀਚ ਵਿੱਚ ਨਹੀਂ ਆਉਂਦਾ, ਕਿਸੇ ਦੇ ਦੁੱਖ ਸੁੱਖ ਵਿੱਚ ਨਹੀਂ ਆਉਂਦਾ। ਜੇ ਕਿਤੇ ਆਉਂਦਾ ਹੀ ਆ ਤਾਂ ਮਾੜਾ ਮੋਟਾ 5 ਮਿੰਟ ਹਾਂਜੀ ਹੁੰਜੀ ਕਰਕੇ ਉਹ ਪਰੇ ਹੋ ਜਾਂਦੇ ਹੈਗੇ ਆ, ਕਿਉਂਕਿ ਉਹਦੀ ਪਬਲਿਕ ਡੀਲਿੰਗ ਨਹੀਂ ਹੋਈ ਉਹ। ਮੇਰੀ ਗੱਲ ਨੂੰ ਸਮਝੋ, ਮੈਂ ਕਿੱਥੇ ਇੱਥੇ ਕੀ ਕਹਿਣਾ ਚਾਹੁੰਦਾ, ਉਹਦੀ ਪਬਲਿਕ ਡੀਲਿੰਗ ਨਹੀਂ ਹੋਈ ਹੁੰਦੀ ਹੈਗੀ, ਸੋ ਉਹ ਤੁਹਾਡੇ ਕੰਮਾਂ ਨੂੰ ਨਹੀਂ ਕਰ ਸਕਦਾ। ਉਹ ਇੱਕ ਚੰਗਾ ਇਨਸਾਨ ਹੋ ਸਕਦਾ ਆ, ਵਧੀਆ ਇਨਸਾਨ ਹੋ ਸਕਦਾ ਆ, ਉਹ ਹੋ ਸਕਦਾ ਅਤੇ ਉਹ ਆਪਣੇ ਪਰਿਵਾਰ ਲਈ ਹੈ, ਪਬਲਿਕ ਲਈ ਨਹੀਂ ਹੈਗਾ। ਕਿਉਂਕਿ ਜਦੋਂ ਪੰਚਾਇਤ ਦੇ ਵਿੱਚ ਆ ਜਾਣਾ ਆ ਤਾਂ ਪੰਚਾਇਤ ਦੇ ਵਿੱਚ ਹਰ ਤਰ੍ਹਾਂ ਦੇ ਲੋਕਾਂ ਦੇ ਘਰੇਲੂ ਝਗੜੇ ਵੀ ਹੁੰਦੇ ਆ, ਬਹੁਤ ਗੱਲਾਂ ਹੁੰਦੀਆਂ ਹੈਗੀਆਂ, ਉਹ ਸੁਲਝਾਉਣ ਦੇ ਲਈ ਉਹਨੂੰ ਹਰ ਪਾਸੇ ਜਾਣਾ ਪੈਣਾ ਹੈਗਾ ਆ। ਸੋ ਇਹ ਸੋਚ ਕੇ ਵੀ ਵੋਟ ਕਦੀ ਵੀ ਨਾ ਕਰੋ, ਮੈਂ ਤੁਹਾਨੂੰ ਕਹੂੰਗਾ ਕਿ ਇਹ ਬੰਦਾ ਵਧੀਆ, ਚਲੋ ਇਹਨੂੰ ਖੜਾ ਕਰ ਦਿਉ। ਜਿਹੜਾ ਬੰਦਾ ਕਦੀ ਘਰ ਤੋਂ ਬਾਹਰ ਹੀ ਨਹੀਂ ਨਿਕਲਿਆ, ਕਦੀ ਮੁਹੱਲੇ ਵਿੱਚ ਕਿਸੇ ਨੂੰ ਮਿਲਿਆ ਗਿਲਿਆ ਨਹੀਂ, ਕਿਸੇ ਦੇ ਦੁੱਖ ਸੁੱਖ ਦੇ ਵਿੱਚ ਨਹੀਂ ਆਇਆ, ਉਹਨੂੰ ਵੀ ਵੋਟ ਪਾਉਣ ਦਾ ਕੀ ਫਾਇਦਾ ਹੈਗਾ? ਕੋਈ ਫਾਇਦਾ ਨਹੀਂ ਹੈਗਾ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਹੱਥ ਦੇ ਵਿੱਚ ਇੱਕ ਮੌਕਾ ਹੈਗਾ, ਵਧੀਆ ਮੌਕਾ ਆ, ਬਿਨਾਂ ਭੇਦਭਾਵ ਤੋਂ ਉੱਪਰਲੀਆਂ। ਦੇਖੋ, ਪੰਜਾਬ ਦੀ ਸਤਾ ਨੂੰ ਤੁਸੀਂ ਕੀ ਕਰ ਸਕਦੇ? ਕੁਛ ਵੀ ਨਹੀਂ ਕਰ ਸਕਦੇ। ਸੈਂਟਰ ਦੀ ਸਤਾ ਨੂੰ ਕੀ ਕਰ ਸਕਦੇ ਹਾਂ? ਕੁਛ ਵੀ ਨਹੀਂ ਕਰ ਸਕਦੇ, ਪਰ ਪਿੰਡ ਨੂੰ ਤਾਂ ਕੁਛ ਕਰ ਸਕਦੇ ਹਾਂ ਨਾ। ਜੇ ਤੁਸੀਂ ਪਿੰਡ ਦੀ ਪੰਚਾਇਤ ਹੀ ਸਹੀ ਬਣਾ ਲਓ, ਕੋਈ ਐਸੇ ਪੰਚ ਜਾਂ ਸਰਪੰਚ ਚੁਣ ਲਓ ਜਿਹੜੇ ਕਿਸੇ ਨਾਲ ਵਿਤਕਰਾ ਨਾ ਕਰਦੇ ਹੋਣ। ਤੁਹਾਨੂੰ ਪਤਾ ਹੀ ਆ ਵੀ ਕਿਹੜਾ ਬੰਦਾ ਵਿਤਕਰਾ ਕਰਨ ਵਾਲਾ, ਕਿਹੜਾ ਬੰਦਾ ਨਹੀਂ ਵਿਤਕਰਾ ਕਰਨ ਵਾਲਾ। ਅਗਰ ਉਸਨੂੰ ਹੀ ਤੁਸੀਂ ਚੁਣ ਲੈਂਦੇ ਹੈਗੇ ਆ,
ਤਾਂ ਤੁਹਾਡੇ ਪਿੰਡ ਦਾ ਜਿਹੜਾ ਉਹ ਵਿਕਾਸ ਹੋ ਸਕਦਾ ਹੈ। ਔਰ ਇੱਕ ਬੜੀ ਹੈਰਾਨੀ ਦੀ ਗੱਲ ਆ, ਗੌਰਮੈਂਟ ਦੇ ਉੱਪਰ ਵੀ ਹੱਸ ਵਾਲੀ ਗੱਲ ਆ, ਇਹ ਗਲੀਆਂ ਅਤੇ ਨਾਲੀਆਂ ਅਤੇ ਛੱਪੜਾਂ ਦੇ ਪਾਣੀ ਦੀ ਨਿਕਾਸੀ ਤੋਂ ਬਾਹਰ ਹੀ ਨਹੀਂ ਨਿਕਲ ਸਕੀ। ਪਿਛਲੇ 74-75 ਸਾਲਾਂ ਦੇ ਵਿੱਚੋਂ ਇੱਥੋਂ ਬਾਹਰ ਨਹੀਂ ਨਿਕਲ ਸਕੀ। ਸਾਡੇ ਦੇਸ਼ ਦਾ ਅੰਨੇ ਵਾਹ ਜਿਹੜਾ ਪੈਸਾ ਆ ਉਹ ਖਰਾਬ ਹੋ ਰਿਹਾ ਹੈ। ਹੁਣ ਗੱਲ ਕਰਦੇ ਹਾਂ ਕਿ ਕਈ ਵਾਰ ਮੈਂ ਖੁਦ ਮੀਡੀਆ ਦੇ ਵਿੱਚ ਆ, ਤੁਸੀਂ ਮੈਨੂੰ ਸਾਰੇ ਜਾਣਦੇ ਆ ਕਿ ਨਵਾਂਸ਼ਹਿਰ ਦੁਆਬਾ ਯੂਟਿਊਬ ਚੈਨਲ ਸਾਡਾ ਚੈਨਲ ਆ। ਜਦੋਂ ਅਸੀਂ ਨਾ ਕਦੀ ਸਰਪੰਚਾਂ ਜਾਂ ਪੰਚਾਂ ਦੀਆਂ ਅਸੀਂ ਖਬਰਾਂ ਲਾਉਂਦੇ ਹਾਂ, ਸਾਡੇ 'ਤੇ ਬੜਾ ਗਿਲਾ ਕਰਦੇ ਆ, ਸਾਨੂੰ ਵਿਦੇਸ਼ਾਂ ਤੋਂ ਵੀ ਫੋਨ ਆ ਜਾਂਦੇ ਆ ਕਿ ਤੁਹਾਨੂੰ ਜੀ ਪਿੰਡ ਦੀ ਗੱਲ ਸੀ, ਜਾਂ ਇਹ ਤੁਹਾਡੇ ਉਸ ਦੇ ਪਿੰਡ ਦੀ ਗੱਲ ਸੀ, ਉਸ ਪਿੰਡ ਦੀ ਗੱਲ ਸੀ, ਫਲਾਂ ਪਿੰਡ ਦੀ ਗੱਲ ਸੀ, ਇਹ ਤੁਹਾਨੂੰ ਖਬਰ ਨਹੀਂ ਲਾਉਣੀ ਚਾਹੀਦੀ ਸੀਗੀ, ਇਹ ਪਿੰਡ ਦੀ ਬਦਨਾਮੀ ਹੋ ਜਾਂਦੀ ਆ। ਦੇਖੋ ਜੀ, ਅਸੀਂ ਹੈਗੇ ਆ ਮੀਡੀਆ ਵਾਲੇ ਪਬਲਿਕ ਦੇ, ਨਾ ਸਾਡੀ ਕਿਸੇ ਪੰਚ ਨਾਲ ਦੁਸ਼ਮਣੀ ਆ, ਨਾ ਕਿਸੇ ਸਰਪੰਚ ਨਾਲ ਦੁਸ਼ਮਣੀ ਆ, ਨਾ ਕਿਸੇ ਸਾਡੀਆਂ ਸਰਕਾਰਾਂ ਨਾਲ ਦੁਸ਼ਮਣੀ ਹੈਗੀ ਆ। ਜਦੋਂ ਪਬਲਿਕ ਦੇ ਕੰਮ ਨਹੀਂ ਹੋਣਗੇ, ਉਹ ਚਾਹੇ ਮੇਰੇ ਆਪਣੇ ਮਹੱਲੇ ਦਾ ਪੰਚ ਸਰਪੰਚ ਹੋਵੇ, ਚਾਹੇ ਕਿਸੇ ਵੀ ਪਿੰਡ ਦਾ ਹੋਵੇ, ਜਦੋਂ ਸਾਡੇ ਕੋਲ ਕੋਈ ਆ ਕੇ ਕਹਿ ਦਿੰਦਾ ਹੈ ਕਿ ਸਾਡੀ ਆ ਸਮੱਸਿਆ ਹੈਗੀ ਆ, ਸਾਨੂੰ ਦੱਸਦੇ ਆ ਕਿ ਇਹਦੀ ਖਬਰ ਲਾਓ, ਅਸੀਂ ਉਹ ਉਹਨਾਂ ਦੇ ਕਹਿਣ ਦੇ ਉੱਪਰ, ਕਿਉਂਕਿ ਜਿਨ੍ਹਾਂ ਨੂੰ ਸਮੱਸਿਆ ਆਉਣੀ ਆ, ਜਦੋਂ ਕਿਸੇ ਕੋਈ ਵੀ ਰਸਤਾ ਨਹੀਂ ਹੁੰਦਾ, ਪੰਚਾਇਤਾਂ ਕੋਲ ਜਾ ਕੇ ਦੇਖ ਲੈਂਦੇ ਆ, ਸਰਕਾਰੀ ਦਰਬਾਰੇ ਜਾ ਕੇ ਦੇਖ ਲੈਂਦੇ ਆ, ਫਿਰ ਉਹਨਾਂ ਕੋਲ ਇੱਕੋ ਅਤੇ ਇੱਕ ਆਖਰੀ ਰਸਤਾ ਬਚਦਾ ਆ, ਮੀਡੀਆ। ਜਦੋਂ ਮੀਡੀਆ ਆਵਾਜ਼ ਚੱਕਦਾ ਤਾਂ ਬੜੀ ਇਹਨਾਂ ਨੂੰ ਤਕਲੀਫ ਹੁੰਦੀ ਆ ਕਿ ਸਾਡੀ ਖਬਰ ਕਿਉਂ ਲਾਤੀ ਹੈਗੀ ਆ। ਹੁਣ ਦੇਖੋ, ਮੈਂ ਪਿੱਛੇ ਜੇ ਰੇਲਵੇ ਰੋਡ ਦੀ ਖਬਰ ਲਾਈ ਸੀ, ਉੱਥੇ ਦੇ MC ਕਮਲ ਸਾਹਿਬ ਨਾਲ ਵੀ ਮੈਂ ਗੱਲ ਕੀਤੀ ਸੀਗੀ, ਉਹ ਤੋਂ 1 ਘੰਟੇ ਦੇ ਬਾਅਦ ਦੇ ਵਿੱਚ ਉਹ ਮੀਟਿੰਗ ਹੋ ਗਈ, ਕਾਫੀ ਬਹਿਸਬਾਜ਼ੀ ਹੋਈ, ਤੁਸੀਂ ਵੱਖੋ ਵੱਖ ਚੈਨਲਾਂ ਦੇ ਉੱਪਰ ਦੇਖਿਆ, ਦੂਜੇ ਦਿਨ ਉੱਥੇ ਮੁਜ਼ਾਹਰਾ ਹੋ ਗਿਆ, ਔਰ ਇਹੋ ਜਿਹੇ ਉੱਥੇ ਹੋਇਆ ਕਿ ਉਹ ਸਮੱਸਿਆਵਾਂ ਦਾ ਹੱਲ ਵੀ ਹੋਣ ਲੱਗ ਪਾਉਣਾ ਸ਼ੁਰੂ ਹੋ ਗਿਆ। ਮੇਰੇ ਕਹਿਣ ਦਾ ਮਤਲਬ, ਜੇ ਉਹ MC ਸਾਹਿਬ ਕਹਿਣ ਕਿ ਕੈਂਸ ਸਾਹਿਬ ਨੇ ਜੀ ਮੇਰੇ ਕੋਲ ਮੈਨੂੰ ਮਿਲਣ ਵੀ ਆਏ ਸੀਗੇ, ਤਾਂ ਸਾਡੇ ਖਿਲਾਫ਼ ਖਬਰਾਂ ਵੀ ਚਲਾ ਦਿੱਤੀਆਂ। ਇਹ ਖਿਲਾਫ਼ ਨਹੀਂ ਹੁੰਦੀਆਂ ਹੈਗੀਆਂ, ਇਹ ਹੁੰਦੀਆਂ ਆ ਕਿ ਜਦੋਂ ਤੁਸੀਂ ਕੰਮ ਨਹੀਂ ਕਰਦੇ ਤਾਂ ਉਸ ਵਕਤ ਸਾਨੂੰ ਖਬਰਾਂ ਲਾਉਣ 'ਤੇ ਜਦੋਂ ਲੋਕ ਕਹਿੰਦੇ ਆ ਕਿ ਸਾਨੂੰ ਮਜਬੂਰ ਹੋਣਾ ਪੈ ਜਾਂਦਾ ਹੈਗਾ। ਔਰ ਇੱਕ ਗੱਲ ਹੋਰ ਵੀ ਹੈਗੀ, ਅਸੀਂ ਦੋਨੋਂ ਪੱਖ ਲੈਂਦੇ ਹਾਂ, ਇੱਦਾਂ ਨਹੀਂ ਹੈਗੀ ਕਿ ਜਿਹਦੀ ਅਸੀਂ ਵਿਰੋਧ ਦੇ ਵਿੱਚ ਖਬਰ ਲਾਉਂਦੇ ਹਾਂ ਅਸੀਂ ਉਹਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਉਹ ਪੱਖ ਨਹੀਂ ਦੇਣਦੇ ਹੈਗੇ ਤਾਂ ਅਸੀਂ ਇੱਕ ਤਰਫਾ ਵੀ ਖਬਰ ਚਲਾ ਦਿੰਦੇ ਹਾਂ, ਪਰ ਉਹ ਜਿਹੜੀ ਖਬਰ ਹੁੰਦੀ ਆ ਉਹ ਲੋਕਾਂ ਦੇ ਵਿਊ ਆਪਣੇ ਹੁੰਦੇ, ਨਿੱਜੀ ਤੌਰ ਦੇ ਉੱਪਰ ਹੁੰਦੇ, ਅਸੀਂ ਉਹਨਾਂ ਨੂੰ ਲਾ ਦਿੰਦੇ ਹੈਗੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਜੇਕਰ ਤੁਸੀਂ ਹੁਣ ਇਹਨਾਂ 5 ਸਾਲਾਂ ਦੇ ਵਿੱਚ ਵੀ ਪਾਰਟੀਬਾਜ਼ੀ ਦੇਖ ਕੇ ਵੋਟ ਪਾਉਂਦੇ ਹੋ, ਜਾਂ ਕਿਸੇ ਟੱਬਰ ਦੀਆਂ ਵੱਧ ਵੋਟਾਂ ਆ ਉਹਨੂੰ ਪੰਚ ਸਰਪੰਚ ਖੜਾ ਕਰ ਦਿੰਦੇ ਹਾਂ ਅਤੇ ਉਹਨਾਂ ਨੂੰ ਦੇਖ ਕੇ ਵੋਟ ਪਾਉਂਦੇ ਹੋ, ਅਤੇ ਫਿਰ ਤੁਸੀਂ 5 ਸਾਲ ਲਈ ਆਪਣੇ ਪਿੰਡ ਨੂੰ ਗਲਤ ਹੱਥਾਂ ਦੇ ਵਿੱਚ ਦੇ ਦਿੰਦੇ। ਮੇਰੇ ਕਹਿਣ ਦਾ ਮਤਲਬ, ਵੋਟ ਉਹਨੂੰ ਪਾਓ ਜੋ ਤੁਹਾਡੇ ਕੰਮ ਕਰਦਾ ਹੈਗਾ ਆ, ਜਿਹਨੇ ਕੰਮ ਕਰਨੇ ਉਹ ਬਿਨਾਂ ਉਹਦੇ ਤੋਂ ਵੀ ਕਰ ਲੈਣੇ ਹੈਗੇ ਆ, ਠੀਕ ਹੈ ਨਾ। ਮੰਨ ਲਓ ਤੁਸੀਂ ਉਹਦਾ ਬਖਸ਼ ਦਿੰਦੇ ਆ ਤਾਂ ਉਸਨੂੰ ਕੰਮ ਕਰਨੇ ਚਾਹੀਦੇ ਆ, ਤੁਸੀਂ ਮੁਹੱਲੇ ਵਿੱਚ ਰਹਿੰਦੇ ਹੋ, ਇਸ ਕਰਕੇ ਤੁਸੀਂ ਆਪਣੇ ਪਿੰਡ ਦੀ ਪੰਚਾਇਤ ਨੂੰ ਵਧੀਆ ਬਣਾ ਲਓ, ਅਤੇ ਸਮਝੋ ਤੁਸੀਂ ਸਵਰਗ ਇੱਕ ਕਿਸਮ ਦਾ ਪਿੰਡ ਨੂੰ ਬਣਾ ਸਕਦੇ ਹੈ। ਪੰਚ ਸਰਪੰਚ ਉਹ ਚੁਣੋ ਜਿਨ੍ਹਾਂ ਕੋਲ ਤੁਹਾਨੂੰ ਆਪਣੀਆਂ ਸ਼ਿਕਾਇਤਾਂ ਲੈ ਕੇ ਨਾ ਜਾਣਾ ਪਵੇ, ਉਸਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਮੁਹੱਲੇ ਦੀ ਆਹ ਸਮੱਸਿਆ ਆ, ਸਰਪੰਚ ਨੂੰ ਪਤਾ ਹੋਣਾ ਚਾਹੀਦਾ ਸਾਡੇ ਪਿੰਡ ਦੀ ਆਹ ਸਮੱਸਿਆ ਹੈਗੀ ਆ, ਉਹ ਕੰਮ ਕਰੇਗਾ ਜਦੋਂ, ਉਸਨੂੰ ਤੁਸੀਂ ਵੋਟ ਪਾਓ, ਇਹ ਦੇਖ ਕੇ ਨਾ ਵੋਟਾਂ ਪਾਓ।
ਇਹ ਜੀ ਤਕੜਾ ਬੰਦਾ ਆ, ਸਾਨੂੰ ਕਿਤੇ ਪੈਸੇ ਦੀ ਲੋੜ ਪੈ ਜਾਂਦੀ ਆ, ਵਿਆਜੂ ਸਾਨੂੰ ਇਹ ਪੈਸੇ ਦੇ ਦਿੰਦਾ ਆ, ਸਾਨੂੰ ਇਹ ਕਦੀ ਲੋੜ ਦੇ ਉੱਪਰ ਸਾਡੇ ਲਈ ਖੜਾ ਹੋ ਜਾਂਦਾ। ਨਿੱਜੀ ਤੌਰ ਦੇ ਉੱਪਰ ਆਪਣੇ ਫੈਸਲੇ ਨਾ ਲਓ। ਬੇਸ਼ੱਕ ਤੁਸੀਂ ਇੱਕ ਗਰੀਬ ਮਹਾਤੜ ਬਿਲਕੁਲ ਥਰਡ ਕਲਾਸ, ਜਿਹਨੂੰ ਲੋਕਾਂ ਨੇ ਕਿਹਾ ਗਿਆ ਆ ਥਰਡ ਕਲਾਸ ਦੁਨੀਆ 'ਚ ਕੋਈ ਨਹੀਂ ਹੈਗਾ, ਉਸ ਬੰਦੇ ਨੂੰ ਵੋਟ ਪਾਓ। ਜਾਏ ਉਹ ਤੁਹਾਡੇ ਕੰਮ ਕਰ ਸਕਦਾ ਆ, ਅਜਿਹੇ ਬੰਦੇ ਨੂੰ ਵੋਟ ਪਾਓ। ਅਤੇ ਤੁਸੀਂ ਇੱਕ ਮੇਰੀ ਗੱਲ 'ਤੇ ਹੱਸਣਾ, ਮੈਂ ਪਿੱਛੇ ਜੇ ਇਹ ਵੀ ਕਿਹਾ ਸੀ ਕਿ ਤੁਸੀਂ ਜਿਹੜੇ ਵੀ ਪਿੰਡ ਦੇ ਵਿੱਚ ਕਿਸੇ ਪਿੰਡ 'ਚ ਕੋਈ ਪੱਤਰਕਾਰ ਆ, ਆਪਣੇ ਪਿੰਡ ਵਿੱਚ ਇੱਕ ਪੱਤਰਕਾਰ ਨੂੰ ਪੰਚਾਇਤ ਵਿੱਚ ਜ਼ਰੂਰ ਲਿਆਇਆ ਕਰੋ। ਪਰ ਮੈਂ ਤੁਹਾਨੂੰ ਇੱਕ ਗੱਲ ਇਹਦੇ ਵਿੱਚ ਜ਼ਰੂਰ ਕਹਿ ਦੂੰਗਾ, ਮੈਂ ਖੁਦ ਵੀ ਚੀਫ ਐਡੀਟਰ ਹਾਂ ਨਵਾਂ ਸ਼ਹਿਰ ਬਾਬਾ ਯੂਟਿਊਬ ਚੈਨਲ ਦਾ, ਮੈਂ ਤਾਂ ਇਹ ਕਸਮ ਹੀ ਖਾਧੀ ਹੋਈ ਆ ਕਿ ਸਿਆਸਤ ਵਿੱਚ ਆਉਣਾ ਹੀ ਨਹੀਂ ਹੈਗਾ, ਉਹ ਨਾ ਹੀ ਕਦੀ ਇਲੈਕਸ਼ਨ ਲੜਨਾ ਆ ਅਤੇ ਨਾ ਹੀ ਕਦੀ ਖੜਾ ਹੋਣਾ ਹੈਗਾ, ਨਾ ਕਦੀ ਸੰਮਤੀ ਨਾਲ ਵੀ ਬਣਨਾ ਹੈਗਾ। ਇਹ ਮੈਂ ਗੱਲ ਤੁਹਾਨੂੰ ਮੀਡੀਆ ਰਾਹੀਂ ਕਲੀਅਰ ਕਰ ਦਿੱਤੀ ਆ ਤੁਹਾਡੇ ਸਬੂਤ ਦੇ ਲਈ। ਬਾਕੀ ਪਿੰਡਾਂ ਦੇ ਵਿੱਚ ਜਿਹੜੇ ਪੱਤਰਕਾਰ ਹੈਗੇ ਆ, ਪੱਤਰਕਾਰਾਂ ਨੂੰ ਤੁਸੀਂ ਨਾ ਜ਼ਰੂਰ ਇੱਕ ਸੰਮਤੀ ਦੇ ਨਾਲ ਆਪਣੇ ਪਿੰਡ ਦਾ ਜਿਹੜਾ ਮੈਂਬਰ ਪੰਚਾਇਤ ਜਾਂ ਕੁਛ ਬਣਾਓ। ਉਹਦੇ ਪਿੱਛੇ ਮੈਂ ਕਾਰਨ ਦੱਸ ਦਿੰਦਾ ਕੀ ਆ। ਕਈ ਵਾਰ ਕੀ ਹੁੰਦਾ, ਜਿਹੜੀ ਪੰਚਾਇਤ ਹੈਗੀ ਉਹਦਾ ਕੰਮ ਸੰਬੰਧਿਤ VDPO ਦਫ਼ਤਰ ਤੋਂ ਜਾਂ ਅਧਿਕਾਰੀ ਨਹੀਂ ਕਰਦੇ ਹੈਗੇ, ਉਹ ਜ਼ੋਰ ਲਾ ਲੈਂਦੇ ਹੈਗੇ ਆ। ਪਰ ਜਦੋਂ ਤੁਹਾਡੇ ਵਿੱਚ ਇੱਕ ਮੀਡੀਆ ਕਰਮਚਾਰੀ ਹੋਏਗਾ, ਮੀਡੀਆ ਬੰਦਾ ਹੋਏਗਾ, ਤਾਂ ਉਹਦਾ ਉਹ ਡਰ ਬਣਿਆ ਰਹੇਗਾ ਕਿ ਉਹਨੂੰ ਜਦੋਂ ਤੁਸੀਂ ਨਾਲ ਲੈ ਕੇ ਜਾਓਗੇ, ਉਹ ਡਰ ਬਣਿਆ ਰਹੇਗਾ ਕਿ ਅਗਰ ਅਸੀਂ ਇਹ ਕੰਮ ਨਾ ਕੀਤਾ ਤਾਂ ਸਾਡੀਆਂ ਇਹ ਖਬਰਾਂ ਪ੍ਰਕਾਸ਼ਿਤ ਕਰ ਦੇਗਾ। ਇਸ ਕਰਕੇ ਪੱਤਰਕਾਰ ਬੜੇ ਥੋੜ੍ਹੇ ਹੈਗੇ ਆ, ਚੈਨਲਾਂ ਦੇ ਮਾਲਕ ਬੜੇ ਥੋੜ੍ਹੇ ਹੈਗੇ ਆ, ਕੋਸ਼ਿਸ਼ ਕਰੋ ਕਿ ਉਹਨਾਂ ਵਿੱਚੋਂ ਵੀ ਇੱਕ ਨੂੰ ਸੰਮਤੀ ਨਾਲ ਚੁਣ ਲਓ। ਇਹ ਨਾ ਦੇਖੋ ਕਿ ਉਹ ਕੀ ਕਰ ਰਿਹਾ ਆ, ਮਤਲਬ ਮੇਰੇ ਕਹਿਣ ਦਾ ਕੀ ਕਰ ਰਿਹਾ ਆ, ਇਹ ਨਾ ਦੇਖੋ ਕਿ ਤੁਹਾਡੀ ਉਹਨਾਂ ਨਿੱਜੀ ਦੁਸ਼ਮਣੀ ਆ ਤਾਂ ਕਰਕੇ ਨਹੀਂ ਚੁਣਨਾ। ਲੇਕਿਨ ਉਹ ਪੱਤਰਕਾਰ ਨੂੰ ਵੀ ਇਹ ਦੇਖੋ ਕਿ ਪੱਤਰਕਾਰ ਇੱਕ ਤਰਫਾ ਤਾਂ ਨਹੀਂ ਉਹ ਚੱਲ ਰਿਹਾ ਪਹਿਲਾਂ ਤੋਂ ਹੀ ਜਿਹਦੀ ਚੋਣ ਕਰਨੀ ਆ, ਕਿ ਉਹ ਕਿਸੇ ਇੱਕ ਪਾਰਟੀ ਨਾਲ ਤਾਂ ਨਹੀਂ ਬੱਝਾ ਹੋਇਆ ਹੈਗਾ। ਕਈ ਹੁੰਦਾ ਕਿ ਪਾਰਟੀ ਨਾਲ ਬੱਝੇ ਹੁੰਦੇ ਪਰ ਪੱਤਰਕਾਰੀ ਸਪਸ਼ਟ ਕਰਦੇ ਆ, ਤਾਂ ਉਹਨੂੰ ਚੁਣ ਲੈਣਾ ਚਾਹੀਦਾ। ਸੋ ਵੋਟਾਂ ਆ ਰਹੀਆਂ ਨੇ, ਅਗਰ ਆਪਣੀ ਸਹੀ ਪਿੰਡ ਨੂੰ 5 ਸਾਲ ਲਈ ਵਿਕਾਸ ਕਰਨਾ ਚਾਹੁੰਦੇ ਹੋ ਤਾਂ ਮੇਰੀਆਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਧੰਨਵਾਦ।